ਆਸਟ੍ਰੇਲੀਆ ਦੇ ਵਿੱਚ ਵਿਜ਼ਿਟਰ ਵੀਜ਼ਾ ਨੂੰ ਤੁਸੀਂ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ ਦੇ ਵਿੱਚ ਕਨਵਰਟ ਕਰ ਸਕਦੇ ਹੋ ਤੁਹਾਡੇ ਕੋਲ ਥੋੜੀ ਜੀ ਅੰਗਰੇਜ਼ੀ ਤੁਹਾਨੂੰ ਬੋਲਣੀ ਆਂਦੀ ਹੋਣੀ ਚਾਹੀਦੀ ਹੈ ਤੁਸੀਂ 12ਵੀਂ ਕਲਾਸ ਪਾਸ ਹੋ ਚਾਹੇ ਪੜ੍ਹਾਈ ਛੱਡਿਆ ਤੁਹਾਨੂੰ 15-20 ਸਾਲ ਵੀ ਹੋ ਗਏ ਨੇ ਜੇਕਰ ਤੁਹਾਡੇ ਕੋਲ ਵਿਜ਼ਿਟਰ ਵੀਜ਼ਾ ਹੈ ਆਸਟ੍ਰੇਲੀਆ ਦਾ ਤੇ ਇਹਨੂੰ ਆਰਾਮ ਨਾਲ ਤੁਸੀਂ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਜੇ ਤੁਸੀਂ ਪਤੀ-ਪਤਨੀ ਦੋਵੇਂ ਜਣੇ ਆਸਟ੍ਰੇਲੀਆ ਜਾ ਰਹੇ ਹੋ ਜਾਂ ਤੁਹਾਡੇ ਨਾਲ ਇੱਕ ਦੋ ਬੱਚੇ ਨੇ ਸਾਰੇ ਪਰਿਵਾਰ ਦਾ ਵੀਜ਼ਾ ਵੀ ਕਨਵਰਟ ਹੋ ਜਾਂਦਾ ਜੇ ਪਤੀ ਪਤਨੀ ਉਹ ਤੁਹਾਨੂੰ ਕਪਲ ਦਾ ਇੰਸ਼ੋਰੈਂਸ ਲੈਣਾ ਪੈਂਦਾ ਜੇ ਤੁਸੀਂ ਬੱਚਿਆਂ ਦੇ ਨਾਲ ਜਾ ਰਹੇ ਹੋ ਤੁਹਾਨੂੰ ਫੈਮਿਲੀ ਦੀ ਇੰਸ਼ੋਰੈਂਸ ਬਾਏ ਕਰਨੀ ਹੁੰਦੀ ਹੈ ਜਨਰਲੀ ਕਾਲਜ ਦੀ ਫੀਸ 5000 ਤੋਂ 10000 ਡਾਲਰ ਦੇ ਵਿੱਚ ਹੁੰਦੀ ਹੈ 5-7 ਲੱਖ ਰੁਪਏ ਲੱਗਦਾ ਜਿਹਦੇ ਨਾਲ ਤੁਹਾਡਾ ਇਹ ਵੀਜ਼ਾ ਕਨਵਰਟ ਹੋ ਜਾਂਦਾ ਔਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਫੁੱਲ ਟਾਈਮ ਕੰਮ ਕਰ ਸਕਦੇ ਹੋ ਐਜ਼ ਅ ਡਿਪੈਂਡੈਂਟ ਤੁਹਾਡਾ ਸਪਾਊਸ ਪੂਰਾ ਸਮਾਂ ਕੰਮ ਕਰ ਸਕਦਾ ਹੈ ਔਰ ਜਿਹੜਾ ਸਟੂਡੈਂਟ ਬਣਿਆ ਸਾਥੀ ਹੈ ਉਹ 20 ਘੰਟੇ ਲਈ ਕੰਮ ਕਰ ਸਕਦਾ ਇੱਕ ਸੌਖਾ ਰਸਤਾ ਹੈ ਜਿਹਦੇ ਨਾਲ ਤੁਸੀਂ ਪਰਿਵਾਰ ਸਮੇਤ ਆਸਟ੍ਰੇਲੀਆ ਚ ਸੈਟਲ ਹੋ ਸਕਦੇ ਹੋ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਵਹਿਮ ਹੈ ਕਿ ਇਹ ਵੀਜ਼ਾ ਕਨਵਰਟ ਨਹੀਂ ਹੁੰਦਾ ਔਰ ਕਨਵਰਟ ਕਰਾਂ ਤੇ ਬਹੁਤ ਪੈਸੇ ਲੱਗਦੇ ਆ ਜਦੋਂ ਤੁਸੀਂ ਆਸਟ੍ਰੇਲੀਆ ਚ ਉਤਰਨਾ ਜੋ ਵੀ ਤੁਹਾਡਾ ਸਕਿੱਲ ਸੈਟ ਹੈ ਤੁਸੀਂ ਉਹਦੇ ਨਾਲ ਰਿਲੇਟਿਡ ਕੋਈ ਜੌਬ ਲੱਭ ਸਕਦੇ ਜੇ ਜੇ ਤੁਹਾਨੂੰ ਕੋਈ ਆਸਟ੍ਰੇਲੀਅਨ ਕੰਪਨੀ ਜੌਬ ਦਿੰਦੀ ਹੈ ਤਾਂ ਤੁਹਾਡਾ ਵਰਕ ਵੀਜ਼ਾ ਇਹਦੇ ਵਿੱਚ ਕਨਵਰਟ ਹੋ ਜਾਏਗਾ ਜੇ ਤੁਹਾਡੇ ਕੋਲ ਨਹੀਂ ਕੋਹਾ ਨਿਕਲਦਾ ਤਾਂ ਤੁਸੀਂ ਸਟੂਡੈਂਟ ਵੀਜ਼ਾ ਲੈ ਸਕਦੇ ਹੋ ਦੇਰੇ ਹਸਬੰਡ ਵਾਈਫ ਦੋਵਾਂ ਚੋਂ ਇੱਕ ਜਣਾ ਪੜਨ ਲੱਗ ਜਾਏਗਾ ਦੂਜੇ ਜਣੇ ਨੂੰ ਕੰਮ ਕਰਨ ਦਾ ਵੀਜ਼ਾ ਮਿਲ ਜਾਏਗਾ ਇਹ ਸਾਰਾ ਦਾ ਸਾਰਾ ਕੰਮ 20 25 ਦਿਨਾਂ ਦੇ ਵਿੱਚ ਹੋ ਰਿਹਾ ਇੰਡੀਆ ਤੋਂ ਤੁਹਾਡਾ ਵਿਜ਼ਟਰ ਵੀਜ਼ਾ ਅਪਲਾਈ ਕਰਾਂਗੇ ਵਿਜ਼ਟਰ ਵੀਜ਼ਾ ਦੇ ਵਿੱਚ ਚਾਰ ਤਰ੍ਹਾਂ ਦੀਆਂ categories ਹੁੰਦੀਆਂ ਪਹਿਲਾ ਵਿਜ਼ਟਰ ਵੀਜ਼ਾ ਹੁੰਦਾ ਜਿਹਨੂੰ ਫੈਮਿਲੀ ਕਲਾਸ ਕਿਹਾ ਜਾਂਦਾ ਤੁਸੀਂ ਆਪ ਦੇ ਕਿਸੇ ਫੈਮਿਲੀ ਮੈਂਬਰ ਨੂੰ ਮਿਲਣ ਜਾਣਾ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਮਿਲਣ ਜਾਣਾ ਤੇ ਤੁਹਾਨੂੰ ਉਹਦੇ ਕੋਲੋਂ ਸਪੌਂਸਰ ਲੈਟਰ ਮੰਗਾਣੀ ਪਵੇਗੀ ਤੇ ਵਿਜ਼ਟਰ ਵੀਜ਼ਾ ਅਪਲਾਈ ਹੋਏਗਾ ਦੂਸਰੀ ਕੈਟਾਗਰੀ ਟੂਰਿਸਟ ਵੀਜ਼ਾ ਹੈ ਤੁਸੀਂ ਆਸਟ੍ਰੇਲੀਅਨ ਐਂਬੈਸੀ ਨੂੰ ਕਹਿੰਦੇ ਹੋ ਤੁਸੀਂ ਆਸਟ੍ਰੇਲੀਆ ਚ ਘੁੰਮਣ ਜਾਣਾ ਚਾਹੁੰਦੇ ਹੋ ਤੁਸੀਂ ਮੈਲਬੌਰਨ ਸਿਡਨੀ ਗੋਲਡ ਕੋਸਟ ਬ੍ਰਿਸਬਨ ਕਿਸੇ ਵੀ ਸ਼ਹਿਰ ਚ ਘੁੰਮਣਾ ਹੈ ਤੁਸੀਂ ਉਹਦਾ ਪਲਾਨ ਬਣਾ ਕੇ ਦਿੰਦੇ ਜੇ ਹੋਟਲ ਬੁਕਿੰਗ ਕਰਦੇ ਹੋ ਕਿਸੇ ਦੀ ਵੀ ਸਪான்ਸਰ ਦੀ ਲੋੜ ਨਹੀਂ ਹੁੰਦੀ ਤੀਸਰੀ ਤੁਸੀਂ ਕੋਈ ਮਰੀਜ਼ ਹੋ ਤੁਸੀਂ ਮੈਡੀਕਲ ਦਾ ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਕਰਾਉਣ ਵਾਸਤੇ ਜਾਣਾ ਉਹ ਵੀ ਵਿਜ਼ਟਰ ਵੀਜ਼ਾ ਦੇ ਅੰਡਰ ਆਉਂਦਾ ਚੌਥੀ ਕੈਟਾਗਰੀ ਹੁੰਦੀ ਹੈ ਬਿਜ਼ਨਸ ਵਿਜ਼ਟਰ ਤੁਸੀਂ ਕੋਈ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਆਸਟ੍ਰੇਲੀਆ ਜਾ ਕੇ ਕਿਸੇ ਕੰਪਨੀ ਨੂੰ ਮਿਲਣਾ ਚਾਹੁੰਦੇ ਜੇ ਤੁਹਾਨੂੰ ਕਿਸੇ ਕੰਪਨੀ ਨੇ ਤੁਹਾਨੂੰ ਬਿਜ਼ਨਸ ਵਾਸਤੇ ਕਿਸੇ ਨੇ ਕਾਰੋਬਾਰ ਕਰਨ ਲਈ ਸੱਦਿਆ ਹੋਵੇ ਤਾਂ ਬਿਜ਼ਨਸ ਵਿਸਟਰ ਵੀਜ਼ਾ ਲੱਗਦਾ ਇਹ ਚਾਰੇ ਤਰ੍ਹਾਂ ਦੀਆਂ ਕੈਟਾਗਰੀਆਂ ਵਿਸਟਰ ਵੀਜ਼ਾ ਸਬਕਲਾਸ 600 ਦੇ ਵਿੱਚ ਆਉਂਦੀਆਂ ਵਾ ਇਹ ਵੀਜ਼ਾ ਅੱਜ ਦੀ ਰੇਟ ਤੇ 3 ਸਾਲ ਦਾ ਮਿਲਦਾ ਪਿਆ 3 ਮਹੀਨੇ ਤੋਂ ਵੱਧ ਰਹਿ ਨਹੀਂ ਸਕਦੇ ਤੁਹਾਨੂੰ ਸਲਾਹ ਹੀ ਦਵਾਂਗੇ ਮਹੀਨਾ ਡੇਢ ਮਹੀਨਾ ਪਹਿਲਾਂ ਕੋ ਮੋਂ ਉੱਥੇ ਜੇ ਤੁਹਾਨੂੰ ਚੰਗਾ ਲੱਗਦਾ ਜੇ ਤੁਹਾਨੂੰ ਕੋਈ ਵਾਜਿਬ ਜੌਬ ਮਿਲਦੀ ਹੈ ਨੂੰ ਜੌਬ ਚ ਕਨਵਰਟ ਕਰਾ ਲਓ ਜੇ ਤੁਹਾਨੂੰ ਸਟੱਡੀ ਵੀਜ਼ਾ ਮਿਲਦਾ ਤਾਂ ਤੁਸੀਂ ਸਟੱਡੀ ਵੀਜ਼ਾ ਦੇ ਵਿੱਚ ਵੀ ਕਨਵਰਟ ਕਰਾ ਸਕਦੇ ਜੇ ਇਹ ਤੋਂ ਜਾਣ ਵਾਸਤੇ ਤੁਸੀਂ ਵਿਹਲੇ ਨਹੀਂ ਹੋਣੇ ਚਾਹੀਦੇ ਕੋਈ ਨਾ ਕੋਈ ਕੰਮ ਕਰਦੇ ਹੋਮੋ ਤੁਹਾਡੀ ਆਮਦਨ ਮਹੀਨੇ ਦੀ 50000 ਰੁਪਇਆ ਹੋਣੀ ਚਾਹੀਦੀ ਹੈ ਤੁਹਾਡੀ 50000 ਰੁਪਇਆ ਮਹੀਨੇ ਦੀ ਬਿਜ਼ਨਸ ਚੋਂ ਇਨਕਮ ਹੈ ਜਾਂ ਤੁਹਾਡੀ ਸੈਲਰੀ ਹੈ ਤਾਂ ਤੁਸੀਂ ਉਸ ਵੀਜ਼ੇ ਦੇ ਹੱਕਦਾਰ ਹੋ ਆਪਦੀਆਂ ਤਿੰਨ ਤੁਸੀਂ ਸਾਨੂੰ ਸੈਲਰੀ ਸਲਿੱਪਾਂ ਦੇਣੀਆਂ ਤੁਹਾਡੇ ਬੈਂਕ ਚ ਸੈਲਰੀ ਨਹੀਂ ਵੀ ਆਉਂਦੀ ਫਿਰ ਵੀ ਪੋਸੀਬਲ ਹੈ ਆਪਦੇ ਮਾਲਕਾਂ ਕੋਲ ਲਿਖਾ ਕੇ ਦੇ ਦਿਓ ਸਾਨੂੰ ਤਿੰਨ ਸੈਲਰੀ ਸਲਿੱਪਾਂ ਸਾਨੂੰ ਚਾਹੀਦੀਆਂ 5.7 ਲੱਖ ਰੁਪਇਆ ਤੁਹਾਡੇ ਬੈਂਕ ਦੇ ਵਿੱਚ ਪਿਆ ਹੋਵੇ ਜੇ ਤੁਸੀਂ ਰਿਟਰਨ ਭਰਦੇ ਹੋ ਤਾਂ ਪਿਛਲੇ 2 ਸਾਲ ਦੀ ਰਿਟਰਨ ਹੋਵੇ ਬੜੇ ਸਿੰਪਲ ਤਰੀਕੇ ਨਾਲ ਅਪਲਾਈ ਕਰਾ ਰਹੇ ਆ ਅਕਤੂਬਰ ਦੇ ਵਿੱਚ ਉਥੇ ক্রিকেট ਦੇ ਮੈਚ ਹੋ ਰਹੇ ਆ ਜਿਨ੍ਹਾਂ ਦਾ ਫੋਰ ਕੋਈ ਢੰਗ ਨਹੀਂ ਮੰਨਦਾ ਤੁਸੀਂ ਕਹਿ ਸਕਦੇ ਹੋ ਮੈਂ ক্রিকেট ਲਵਰ ਆ ਮੈਂ ক্রিকেট ਦਾ ਮੈਚ ਦੇਖਣ ਵੀ ਜਾ ਸਕਦਾ ਇਹ ਸੌਖਾ ਤਰੀਕਾ ਹੈ ਅਸੀਂ ਇਹਦੀ ਫੀਸ 50000 ਰੁਪਇਆ ਰੱਖੀ ਹੈ ਔਰ ਇਹ 50000 ਰੁਪਇਆ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਪਹਿਲਾਂ ਨਮਾ ਰੁਪਇਆ ਨਹੀਂ ਤੁਹਾਡੇ ਕੋਲ ਦਿੱਤਾ ਜਾਏਗਾ ਐਮਬੈਸੀ ਦੀ ਫੀਸ 10000 ਰੁਪਇਆ ਦੇ ਆਸ-ਪਾਸ ਹੈ ਨਾ ਇਹ ਵਿੱਚ ਮੈਡੀਕਲ ਹੋਣਾ ਨਾ ਇਹਦੇ ਵਿੱਚ ਬਾਇਓਮੈਟ੍ਰਿਕ ਹੋਣੇ ਨਾ ਇਹ ਵੀਜ਼ਾ ਪਾਸਪੋਰਟ ਤੇ ਲੱਗਦਾ ਆਨਲਾਈਨ ਸਬਮਿਸ਼ਨ ਹੋਣੀ ਹੈ ਆਨਲਾਈਨ ਵੀਜ਼ਾ ਮਿਲ ਜਾਣਾ ਔਰ 20 25 ਦਿਨਾਂ ਦੇ ਵਿੱਚ ਵੀਜ਼ਾ ਆ ਰਿਹਾ ਇਸ ਟਾਈਮ ਵੀਜ਼ੇ ਦਾ ਸਕਸੈਸ ਰੇਟ 90% ਹੈ ਜਿੰਨੀ ਜਲਦੀ ਹੁੰਦਾ ਅਪਲਾਈ ਕਰੋ ਅਸੀਂ ਲਵਾਂਗੇ 50000 ਰੁਪਿਆ ਉਹ ਵੀ ਵੀਜ਼ਾ ਲੱਗਣ ਤੋਂ ਬਾਅਦ ਧੰਨਵਾਦ